ਹਾਂਜੀ, ਕਿਵੇਂ ਹੋ ਮਿੱਤਰੋ? ਹੋਰ ਦੱਸੋ ਕੀ ਹਾਲ ਚਾਲ ਹੈ ਸਭ ਦਾ? ਅੱਜ ਆਹ ਕੋਠੀ ਤਿਆਰ ਹੋ ਰਹੀ ਹੈ ਆਪਣੇ ਸਹਿਜੜੇ ਵਾਲੇ ਫੌਜੀ ਦੀ, ਅਤੇ ਆਪਣੇ ਝੋਟੇ ਲੱਗੇ ਹੋਏ ਆ ਕੰਮਾਂ ਕਾਰਾਂ 'ਤੇ। ਅੰਦਰੋਂ ਸਾਰੀ ਤਿਆਰ ਕਰਤੀ ਹੈ ਝਿੜੀਆਂ ਮਾਰ ਕੇ, ਅਤੇ ਅੱਜ ਇਹ ਫਰੰਟ ਤਿਆਰ ਕਰ ਰਹੇ ਆ। ਆਹ ਡਿਜ਼ਾਈਨਾਂ 'ਚ ਲਾਈਟਾਂ ਨੇ, ਆਹ ਪਿੱਲਰਾਂ 'ਚ ਲਾਈਟਾਂ ਨੇ, ਅਤੇ ਲਓ ਜੀ ਲੱਗੇ ਹੋਏ ਆ। ਕਿਉਂ ਗਰਮੀ ਬਾਹਲੀ ਲੱਗਦੀ ਹੋਵੇ? ਹੈਂ, ਪੱਖਾ ਲਾਈ ਬੈਠਾ ਇਕੱਲਾ ਹੀ, ਲੈ ਜ਼ੋਰ ਤਾਂ ਨਹੀਂ ਲੱਗਦਾ? ਲੱਗਦਾ ਮੈਨੂੰ ਬੋਰਨਵੀਟਾ ਲਿਆ ਕੇ ਦੇਈਏ ਇੱਕ ਡੱਬਾ। ਲਓ ਵੀ ਮਿੱਤਰੋ ਚੈੱਕ ਕਰੋ, ਕੰਮ ਕੋਠੀ ਦਾ ਸਿਖਰਾਂ 'ਤੇ ਹੈ। ਫਰੰਟ ਰਹਿੰਦਾ ਸੀ ਤਿਆਰ ਹੋਣ ਵਾਲਾ, ਉਹ ਹੋ ਚੁੱਕਿਆ। ਅਤੇ ਆਹ ਦੇਖੋ ਸੱਜਣੋ, ਅਤੇ ਆਹ ਨਾਲ ਹੀ ਫੌਜੀ ਨੇ ਦੁਕਾਨਾਂ 'ਚ ਜਿੰਮ ਤਿਆਰ ਕਰੀ ਹੈ। ਇਹ ਜਿੰਮ ਦਾ ਬਿਜਲੀ ਦਾ ਕੰਮ ਵੀ ਸੱਜਣੋ ਆਪਣਾ ਕਰਿਆ ਹੋਇਆ। ਇਹ ਗੱਲਬਾਤ ਕੋਠੀ ਦੀ ਚੈੱਕ ਕਰੋ ਜਦੋਂ ਤਿਆਰ ਹੋ ਗਈ, ਬਾਕੀ ਉਦੋਂ ਚੈੱਕ ਕਰਾਵਾਂਗੇ। ਫਿਰ ਆ ਚੈੱਕ ਕਰੋ ਵੀ ਨਕਸ਼ੇ ਵਾਲੇ ਨੇ ਵੀ ਚਿੱਬ ਕੱਢੇ ਪਏ ਆ ਕੋਠੀ ਦੇ। ਹਾਂਜੀ ਸੱਜਣੋ, ਜ਼ਿਆਦਾ ਜ਼ੋਰ ਲੱਗ ਗਿਆ? ਕੀ ਚਾਹੀਦਾ? ਜ਼ੋਰ ਮਾਰਨ ਲਈ ਥੋੜ੍ਹਾ ਚਾਹੀਦਾ, ਮਿਲ ਜੂਗਾ। ਉਸਤਾਦ ਜੀ ਨੇ ਵੀ ਝਿੜੀ ਲਾਤੀ ਹੈ ਸਿਰੇ।